ਹੈਲੋ ਜੀ, ਕੀ ਹਾਲ ਚਾਲ ਹੈ ਤੁਹਾਡਾ? ਸਾਰਿਆਂ ਦਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ 'ਤੇ। ਅਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮੂਲੀਆਂ ਦੇ ਪਰੌਂਠੇ ਬ੍ਰੇਕਫਾਸਟ ਦੇ ਵਿੱਚ, ਕਿਉਂਕਿ ਬਹੁਤ ਹੀ ਟੇਸਟੀ ਬਣਦੇ ਆ। ਅਤੇ ਇਸੇ ਤਰ੍ਹਾਂ ਤੁਸੀਂ ਵੀ ਸਾਰੇ ਜਣੇ ਬਣਾਇਆ ਕਰੋ। ਪਹਿਲਾਂ ਆਪਾਂ ਮੂਲੀਆਂ ਧੋ ਕੇ ਫਿਰ ਛਿੱਲ ਕੇ ਕੱਦੂਕਸ ਕਰ ਲਈਆਂ ਜੀ, ਕਰ ਰਹੇ ਹਾਂ। ਅਤੇ ਸਾਰੇ ਜਣੇ ਇਸੇ ਤਰ੍ਹਾਂ ਮੇਰੀ ਵੀਡੀਓ 'ਤੇ ਬਣੇ ਰਹੋ। ਸਾਰੇ ਜਣੇ ਵੀਡੀਓ ਕਰ ਦਿਓ ਲਾਈਕ, ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਅਤੇ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ, ਸਾਰੇ ਜਣੇ ਸਪੋਰਟ ਕਰਿਆ ਕਰੋ, ਵੀਡੀਓ ਜ਼ਰੂਰ ਦੇਖਿਆ ਕਰੋ। ਇੱਥੇ ਅਸੀਂ ਮਜ਼ਾਕ ਕਰ ਰਹੇ ਸੀ, ਹੱਸ ਰਹੇ ਸੀਗੇ, ਜ਼ੋਰ ਨਾਲ ਕਰਨੀਆਂ, ਜ਼ੋਰ ਲੱਗ ਰਿਹਾ ਅਤੇ ਹੱਸ ਰਹੇ ਸੀਗੇ, ਜਲਦੀ ਜਲਦੀ ਕਰੀਏ। ਅਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਨਮਕ, ਕਿਉਂਕਿ ਨਮਕ ਦੇ ਨਾਲ ਸਾਰਾ ਮੂਲੀਆਂ ਦਾ ਪਾਣੀ ਨਿਕਲ ਜਾਂਦਾ ਅਤੇ ਪਰੌਂਠਾ ਬਹੁਤ ਵਧੀਆ ਬਣਦਾ। ਫਿਰ ਉਹ ਮੂਲੀਆਂ ਖਿਲਰਦੀਆਂ ਨਹੀਂ ਪਰੌਂਠੇ ਦੇ ਵਿੱਚੋਂ, ਅਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਕਰਨਾ। ਫਿਰ ਧਨੀਆ ਸਾਫ਼ ਕਰਕੇ ਮੈਂ ਰੱਖਿਆ ਸੀ, ਇਹਨੂੰ ਹੁਣ ਵਿੱਚ ਜੋ ਕੋਈ ਹੁੰਦਾ ਕੋਈ ਘਾਹ ਘੂਹ ਜਾਂ ਵਿੱਚੋਂ ਕੱਢ ਕੇ, ਆ ਦੇਖੋ ਘਾਹ ਹੁੰਦਾ, ਅਤੇ ਸਾਫ਼ ਕਰਕੇ ਆਪਾਂ ਇਹਨੂੰ ਕੱਟਾਂਗੇ। ਅਤੇ ਇੱਕ ਦੋ ਮਿੰਟ ਦੇ ਬਾਅਦ ਇਹਨੂੰ ਮੂਲੀਆਂ ਦਾ ਪਾਣੀ ਇਸੇ ਤਰ੍ਹਾਂ ਆਪਾਂ ਸਾਰਾ ਨਿਚੋੜ ਦਿਆਂਗੇ। ਅਤੇ ਜਿਹੜਾ ਮੂਲੀਆਂ ਦਾ ਪਾਣੀ ਹੁੰਦਾ ਨਾ, ਇਹ ਵੀ ਬਹੁਤ ਵਧੀਆ ਹੁੰਦਾ। ਇਹਨੂੰ ਜੇ ਆਪਾਂ ਕਾਲਾ ਨਮਕ ਪਾ ਕੇ ਜਾਂ ਕਾਲੀ ਮਿਰਚ ਪਾ ਕੇ ਇਹਨੂੰ ਪੀ ਲਈਏ ਨਾ, ਤਾਂ ਫਿਰ ਪੇਟ ਦੇ ਕਈ ਚੀਜ਼ਾਂ ਰੋਗਾਂ ਦੇ ਲਈ ਫਾਇਦੇਮੰਦ ਹੁੰਦਾ। ਅਤੇ ਪਰ ਹੁਣ ਆਪਾਂ ਇਹਨੂੰ ਯੂਜ ਨਹੀਂ ਕਰਾਂਗੇ, ਕਿਉਂਕਿ ਟਾਈਮ ਥੋੜ੍ਹਾ ਜਿਹਾ ਘੱਟ ਹੀ ਆ। ਜਲਦੀ ਪਹਿਲਾਂ ਪਰੌਂਠੇ ਬਣਾਉਣੇ ਆ, ਕਿਉਂਕਿ ਬ੍ਰੇਕਫਾਸਟ ਦਾ ਲੇਟ ਹੋ ਗਿਆ ਥੋੜ੍ਹਾ ਜਿਹਾ। ਅਤੇ ਇਸ ਤਰ੍ਹਾਂ ਹੁਣ ਆਪਾਂ ਵਿੱਚ ਪਾਵਾਂਗੇ ਹਰੀ ਮਿਰਚ, ਬਰੀਕ ਬਰੀਕ ਕੱਟ ਲਾਂਗੇ। ਜਿੰਨਾ ਤੁਸੀਂ ਵੀ ਮਿਰਚਾਂ ਖਾਣੀਆਂ ਪਸੰਦ ਕਰਦੇ ਹੋ, ਹਰੀ ਮਿਰਚ ਜਿੰਨੇ ਇੱਕ ਜਾਂ ਦੋ, ਜਿੰਨੇ ਤੁਸੀਂ ਬਣਾਉਣੇ ਪਰੌਂਠੇ ਉਸੇ ਹਿਸਾਬ ਨਾਲ ਹੀ ਪਾਉਣਾ। ਅਤੇ ਆਪਾਂ ਸਾਰੀਆਂ ਕੱਟ ਲਾਂਗੇ। ਅਤੇ ਗੋਭੀ ਦੇ ਪਰੌਂਠੇ ਬਣਾਉਣਾ, ਉਹ ਵੀ ਇਸੇ ਤਰ੍ਹਾਂ ਬਣਦੇ ਆ। ਪਾਲਕ ਦੇ, ਮੇਥੀ ਦੇ, ਜਿਹੜੇ ਵੀ ਪਰੌਂਠੇ ਬਣਾਉਣੇ ਉਹਦੇ ਵਿੱਚ ਇਹੀ ਸਾਰਾ ਕੁਛ ਪੈਂਦਾ ਸਮਾਨ। ਹਰੀ ਮਿਰਚ ਵੀ, ਧਨੀਆ, ਸਭ ਕੁਛ ਇਹੀ ਪਾਊਗਾ ਜੋ ਸਮਾਨ ਆਪਾਂ ਮੂਲੀ ਦੇ ਪਰੌਂਠੇ 'ਚ ਪਾਵਾਂਗੇ, ਇਸੇ ਤਰ੍ਹਾਂ ਹੀ ਉਹ ਬਣਦੇ ਆ। ਗੋਭੀ ਦਾ ਵੀ ਆਪਾਂ ਪਾਣੀ ਕੱਢਦੇ ਹਾਂ, ਨਮਕ ਲਾ ਕੇ ਰੱਖੀਏ, ਉਹਨੂੰ ਵੀ ਨਿਚੋੜ ਕੇ ਇਸੇ ਤਰ੍ਹਾਂ, ਫਿਰ ਉਹ ਵੀ ਨਹੀਂ ਪਰੌਂਠੇ ਦੇ ਵਿੱਚੋਂ ਨਿਕਲਦੀ। ਮੂਲੀ ਦਾ ਪਰੌਂਠਾ ਤਾਂ ਬਹੁਤ ਔਖਾ, ਜੇ ਆਪਾਂ ਨਹੀਂ ਇਹਨੂੰ ਨਿਚੋੜਾਂਗੇ ਪਾਣੀ ਨੂੰ ਤਾਂ ਬਿਲਕੁਲ ਵੀ ਨਹੀਂ ਬਣਦਾ ਫਿਰ। ਅਤੇ ਇਸੇ ਤਰ੍ਹਾਂ ਆਪਾਂ ਬਰੀਕ 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 ਧਨੀਆ ਕੱਟਾਂਗੇ। ਧਨੀਆ ਦੇਸੀ ਧਨੀਆ ਸੀ, ਪਰ ਅਸੀਂ ਲੈਂਦੇ ਚੀਜ਼ਾਂ ਬਾਜ਼ਾਰ ਤੋਂ ਹੀ ਆ, ਕਿਉਂਕਿ ਅਸੀਂ ਹੁਣ ਸ਼ਹਿਰ ਦੇ ਵਿੱਚ ਅਸੀਂ ਨਹੀਂ ਬੀਜਿਆ ਨਹੀਂ ਹੋਇਆ ਕੁਛ ਵੀ ਆਪਣਾ। ਅਤੇ ਫਿਰ ਵੀ ਧਨੀਆ ਬਹੁਤ ਵਧੀਆ ਸੀ, ਸਾਫ਼ ਸੁਥਰਾ ਸੀਗਾ। ਮੈਂ ਚੀਜ਼ ਆਪਾਂ ਦੇਖ ਕੇ ਲੈਂਦੇ, ਜਦੋਂ ਆਪਾਂ ਪੈਸੇ ਦਿੰਦੇ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਕਾਲੀ ਮਿਰਚ ਐਡ ਥੋੜ੍ਹੀ ਜਿਹੀ, ਅਤੇ ਹੁਣ ਪਾਵਾਂਗੇ ਲਾਲ ਮਿਰਚ, ਇਹ ਵੀ ਥੋੜ੍ਹੀ ਤਿੱਖੀ ਆ, ਘੱਟ ਪਾਵਾਂਗੇ। ਇਸ ਤੋਂ ਬਾਅਦ ਪਾਵਾਂਗੇ ਆਪਾਂ ਧਨੀਆ ਪਾਊਡਰ, ਇਹ ਵੀ ਘਰ ਦਾ ਬਣਾਇਆ ਹੋਇਆ, ਮੈਂ ਹਲਦੀ ਨਹੀਂ ਪਾਉਣੀ। ਅਤੇ ਨਮਕ ਆਪਾਂ ਬਾਅਦ 'ਚ ਐਡ ਕਰਾਂਗੇ, ਉਹ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ। ਜੇ ਆਪਾਂ ਨਮਕ ਫਿਰ ਪਾ ਦਿਆਂਗੇ ਤਾਂ ਉਹ ਫਿਰ ਉਹੀ ਗਿੱਲੀਆਂ ਮੂਲੀਆਂ ਹੋ ਜਾਣੀਆਂ, ਸਿਰਬਲ ਜੇ ਬਣ ਜਾਂਦਾ ਅਤੇ ਉਹ ਵਧੀਆ ਨਹੀਂ ਫਿਰ ਪਰੌਂਠੇ ਬਣਦੇ, ਸਾਰੀਆਂ ਮੂਲੀਆਂ ਬਾਹਰ ਨਿਕਲ ਜਾਣੀਆਂ ਪਰੌਂਠੇ ਦੇ ਵਿੱਚੋਂ। ਲਓ ਜੀ, ਸਾਰਾ ਆਪਾਂ ਮਸਾਲਾ ਤਿਆਰ ਕਰ ਲਿਆ, ਅਤੇ ਹੁਣ ਆਪਾਂ ਬਣਾਵਾਂਗੇ ਪਰੌਂਠੇ। ਗੈਸ ਔਨ ਕੀਤਾ, ਤਵਾ ਰੱਖਿਆ, ਫਟਾਫਟ ਪੇੜੇ ਕਰਾਂਗੇ। ਅਤੇ ਮੈਂ ਡਾਲਡੇ ਦੇ ਪਰੌਂਠੇ ਬਣਾਉਣੇ ਹੁੰਦੀ ਹਾਂ, ਜਦੋਂ ਇਸ ਤਰ੍ਹਾਂ ਦੇ ਗੋਭੀ ਦੇ ਕਿਸੇ ਤਰ੍ਹਾਂ ਦੇ ਵੀ ਬਣਾਉਣੇ ਹੋਣ, ਕਿਉਂਕਿ ਜੇ ਆਪਾਂ ਦੇਸੀ ਘਿਓ ਦੇ ਬਣਾਵਾਂਗੇ, ਦੇਸੀ ਘਿਓ ਪਹਿਲਾਂ ਮਤਲਬ ਸਾੜ ਕੇ ਬਣਾਉਣੇ ਆ, ਜੇ ਉਹਨੂੰ ਹੋਰ ਲਾਵਾਂਗੇ ਹੋਰ ਸੜ ਜੂਗਾ ਉਹਦਾ, ਮਤਲਬ ਸਾਰਾ ਹੀ ਅਸਰ ਖਤਮ ਹੋ ਜਾਣਾ ਦੇਸੀ ਘਿਓ ਦਾ। ਇਸ ਕਰਕੇ ਡਾਲਡੇ 'ਚ ਬਣਾਓ, ਬਾਅਦ 'ਚ ਲਾ ਲਓ, ਦੇਸੀ ਘਿਓ ਲਾ ਲਓ, ਮੱਖਣ ਲਾ ਲਓ ਪਰੌਂਠੇ ਦੇ ਉੱਤੇ, ਉਹਦਾ ਟੇਸਟ ਵੱਧ ਜਾਂਦਾ। ਇਸੇ ਤਰ੍ਹਾਂ ਆਪਾਂ ਪੇੜੇ ਕਰਾਂਗੇ ਫਟਾਫਟ। ਅਤੇ ਉਹ ਹਰੇ ਧਨੀਆ ਲੱਗਿਆ ਆਟੇ ਦੇ ਉੱਤੇ, ਆਪਾਂ ਵੈਸੇ ਵੀ ਵਿੱਚ ਵੀ ਕੋਈ ਗੁੰਨ ਕੇ ਪਕਾਉਂਦੇ, ਪਰ ਮੈਂ ਨਹੀਂ ਪਕਾਉਂਦੀ, ਮੈਂ ਇਸੇ ਤਰ੍ਹਾਂ ਹੀ, ਕਈ ਸਾਰਾ ਮਟੀਰੀਅਲ ਆਟੇ ਦੇ ਵਿੱਚ ਗੁੰਨ ਲੈਂਦੇ ਆ, ਪਰ ਨਹੀਂ ਮੈਂ ਇਸੇ ਤਰ੍ਹਾਂ ਹੀ ਬਣਾਉਣੀ ਆ। ਇਸ ਤਰ੍ਹਾਂ ਆਪਾਂ ਭਰ ਲਾਂਗੇ ਸਾਰਾ, ਮੂਲੀਆਂ ਪਾ ਲਾਂਗੇ ਜਿਹੜੀਆਂ ਆਪਾਂ ਕੱਦੂਕਸ ਕੀਤੀਆਂ, ਅਤੇ ਥੋੜ੍ਹਾ ਜਿਹਾ ਪਾਵਾਂਗੇ ਇੱਕ ਚੁਟਕੀ ਨਮਕ, ਬਿਲਕੁਲ ਛੋਟੀ ਜਿਹੀ ਬਸ, ਇਸ ਤਰ੍ਹਾਂ ਉੱਤੇ ਧੂੜ ਕੇ ਅਤੇ ਵਿੱਚ ਮਿਕਸ ਕਰ ਲਾਂਗੇ। ਜ਼ਿਆਦਾ ਨਹੀਂ ਪਾਉਣਾ, ਫਿਰ ਕੌੜੇ ਹੋ ਜਾਣਗੇ ਬਿਲਕੁਲ, ਫਿਰ ਖਾਧਾ ਨਹੀਂ ਜਾਂਦਾ, ਕਿਉਂਕਿ ਨਮਕ ਪਹਿਲਾਂ ਵੀ ਹੈ ਵਿੱਚ, ਆਪਾਂ ਪਹਿਲਾਂ ਨਿਚੋੜਿਆ, ਪਰ ਫਿਰ ਵੀ ਨਮਕ ਤਾਂ ਹੁੰਦਾ ਹੀ ਹੈ ਮੂਲੀ ਦੇ ਵਿੱਚ। ਅਤੇ ਇਹਨੂੰ ਆਪਾਂ ਹੁਣ ਬੰਦ ਕਰ ਲਾਂਗੇ, ਅਤੇ ਅਸੀਂ ਫਿਰ ਬ੍ਰੇਕਫਾਸਟ ਕਰਕੇ, ਕੋਈ ਥੋੜ੍ਹਾ ਜਿਹਾ ਕੰਮ ਸੀ, ਬਾਜ਼ਾਰ ਜਾਣਾ ਸੀ, ਅਤੇ ਉੱਥੇ ਜਾਣਾ ਸੀ ਖਾ ਪੀ ਕੇ,
ਬੇਟਾ ਜਾਊਗਾ ਮੈਂ ਜਾਊਂਗੀ ਦੋ ਜੀ ਇਸੇ ਤਰ੍ਹਾਂ ਆਪਾਂ ਹੌਲੀ ਹੌਲੀ ਉਹਨੂੰ ਵੇਲ ਲਾਂਗੇ ਬਿਲਕੁਲ ਵੀ ਬਾਹਰ ਨਹੀਂ ਨਿਕਲਦਾ ਇਸ ਤਰ੍ਹਾਂ ਮੂਲੀਆਂ ਨਾ ਪਰੌਂਠਾ ਫਟਦਾ ਨਹੀਂ ਨਾ ਲੈ ਜੀ ਲਓ ਜੀ ਬਣ ਕੇ ਪਰੌਂਠਾ ਤਿਆਰ ਹੁਣ ਆਪਾਂ ਨੂੰ ਪਾਵਾਂਗੇ ਤਵੇ 'ਤੇ ਥੋੜ੍ਹਾ ਜਿਹਾ ਆਟਾ ਵੀ ਸੋਫਟ ਹੋਣਾ ਚਾਹੀਦਾ ਜਦੋਂ ਆਪਾਂ ਪਰੌਂਠੇ ਬਣਾਉਣੇ ਆ ਇਹਨੂੰ ਥੋੜ੍ਹਾ ਜਿਹਾ ਗਰਮ ਪਾਣੀ ਦੇ ਨਾਲ ਕੋਸੇ ਪਾਣੀ ਦੇ ਨਾਲ ਅੱਜ ਕੱਲ੍ਹ ਆਟਾ ਗੁੰਨ ਕੇ ਰੱਖ ਦਿਓ ਕਿਉਂਕਿ ਆਟਾ ਸਖਤ ਨਹੀਂ ਹੋਣਾ ਚਾਹੀਦਾ ਬਸ ਨੋਰਮਲ ਹੋਣਾ ਚਾਹੀਦਾ ਵੀ ਥੋੜ੍ਹਾ ਜਿਹਾ ਬਸ ਆਟਾ ਨਰਮ ਹੋਣਾ ਚਾਹੀਦਾ ਉਹਦੇ ਨਾਲ ਪਰੌਂਠੇ ਜ਼ਿਆਦਾ ਵਧੀਆ ਬਣਦੇ ਆ ਇਸੇ ਤਰ੍ਹਾਂ ਆਪਾਂ ਦੂਜਾ ਵੀ ਪਰੌਂਠਾ ਬਣਾ ਲਾਂਗੇ ਅਤੇ ਤੁਸੀਂ ਵੀ ਸਾਰੇ ਜਣੇ ਇਹ ਰੈਸਪੀ ਜ਼ਰੂਰ ਟਰਾਈ ਕਰਨਾ ਘਰ ਭਲਾਂ ਜਿੱਦਾਂ ਦੇ ਮਰਜ਼ੀ ਬਣ ਜਾਣ ਘਰ ਬਣਾ ਕੇ ਖਾਓ ਚੀਜ਼ ਨੂੰ ਬਾਹਰ ਦੇ ਪਰੌਂਠੇ ਜਾਂ ਕੁਛ ਵੀ ਨਾ ਖਾਓ ਬਾਹਰੋਂ ਤੁਹਾਨੂੰ ਪਤਾ ਹੀ ਉਹ ਪਤਾ ਨਹੀਂ ਕਿਸ ਤਰ੍ਹਾਂ ਦੇ ਤੇਲ 'ਚ ਬਣਾਉਂਦੇ ਆ ਕਿਸ ਤਰ੍ਹਾਂ ਦਾ ਘਿਓ ਹੁੰਦਾ ਕਿਸ ਤਰ੍ਹਾਂ ਦਾ ਤੇਲ ਹੁੰਦਾ ਘਰ ਆਪਾਂ ਭਲਾਂ ਮਾੜੀ ਚੀਜ਼ ਵੀ ਬਣਾ ਲਓ ਆਪਾਂ ਨੂੰ ਵਧੀਆ ਲੱਗੂ ਕਿਉਂਕਿ ਆਪਾਂ ਆਪਣੇ ਹੱਥਾਂ ਨਾਲ ਬਣਾਈ ਹੁੰਦੀ ਹੈ ਆਪਾਂ ਨੂੰ ਉਹਦੇ ਬਾਰੇ ਪਤਾ ਹੁੰਦਾ ਵੀ ਇਹਦੇ 'ਚ ਆਪਾਂ ਕੀ ਪਾਇਆ ਅਤੇ ਕੀ ਨਮਕ ਇਸੇ ਤਰ੍ਹਾਂ ਆਪਾਂ ਫਿਰ ਲਾ ਲਾਂਗੇ ਸਾਰੇ ਪਰੌਂਠਿਆਂ 'ਤੇ ਇਹਨੂੰ ਵੀ ਲੌਕ ਕਰ ਦਿਆਂਗੇ ਲਓ ਜੀ ਉਹ ਪਰੌਂਠਾ ਆਪਣਾ ਬਣ ਰਿਹਾ ਇਹ ਘਿਓ ਜ਼ਿਆਦਾ ਮੈਂ ਨਹੀਂ ਲਾ ਰਹੀ ਕਿਉਂਕਿ ਸ਼ਾਇਦ ਤੁਹਾਨੂੰ ਲੱਗ ਰਿਹਾ ਹੋਵੇ ਕੈਮਰੇ ਦੇ ਵਿੱਚ ਪਰ ਨਹੀਂ ਜ਼ਿਆਦਾ ਨਹੀਂ ਲਾਇਆ ਮੈਂ ਬਿਲਕੁਲ ਥੋੜ੍ਹਾ ਥੋੜ੍ਹਾ ਲਾਇਆ ਅਤੇ ਇਹਨੂੰ ਮੱਠੇ ਮੱਠੇ ਸੇਕ 'ਤੇ ਪਕਾਇਆ ਪਰੌਂਠੇ ਨੂੰ ਕਿਉਂਕਿ ਵੀ ਮੂਲੀਆਂ ਅੰਦਰੋਂ ਚੰਗੀ ਤਰ੍ਹਾਂ ਪੱਕ ਜਾਣ ਅਤੇ ਬਹੁਤ ਹੀ ਕ੍ਰਿਸਪੀ ਬਣਦੇ ਆ ਅਤੇ ਟੇਸਟੀ ਬਣਦੇ ਆ ਇਸ ਤਰ੍ਹਾਂ ਬਣਾਉਣ ਨਾਲ ਪਰੌਂਠਾ ਆਪਣਾ ਬਿਲਕੁਲ ਰੈਡੀ ਆ ਇਹਨੂੰ ਆਪਾਂ ਹੁਣ ਚਾਹ ਵੀ ਬਣਾਵਾਂਗੇ ਅਤੇ ਨਾਲ ਅਚਾਰ ਨਾਲ ਮੱਖਣ ਅਤੇ ਆਪਾਂ ਫਿਰ ਖਾਵਾਂਗੇ ਅਤੇ ਜਿਹਨੂੰ ਜਿਹਨੂੰ ਵਧੀਆ ਲੱਗਦੇ ਆ ਸਾਰੇ ਜਣੇ ਤੁਸੀਂ ਪਰੌਂਠੇ ਨੂੰ ਲਾਈਕ ਕਰੋ ਅਤੇ ਆ ਜਾਓ ਜੀ ਤੁਸੀਂ ਵੀ ਪਰੌਂਠਾ ਖਾਣ ਲਈ ਪਰੌਂਠਾ ਬਿਲਕੁਲ ਰੈਡੀ ਆ ਉੱਤੇ ਰੱਖਿਆ ਮੱਖਣ ਜੀ ਸਾਰੇ ਬਣ ਕੇ ਤਿਆਰ ਹੋ ਗਏ ਅਤੇ ਹੁਣ ਆਪਾਂ ਬ੍ਰੇਕਫਾਸਟ ਕਰਾਂਗੇ ਜੀ ਅਤੇ ਇਹਨੂੰ ਆਪਾਂ ਦਹੀਂ ਨਾਲ ਵੀ ਖਾ ਸਕਦੇ ਹਾਂ ਅਚਾਰ ਨਾਲ ਦਾਲ ਨਾਲ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੇ ਪਰੌਂਠੇ ਅਤੇ ਉਸ ਤੋਂ ਬਾਅਦ ਅਸੀਂ ਚਲੇ ਗਏ ਬਾਜ਼ਾਰ ਅਤੇ ਆ ਦੇਖੋ ਜੀ ਗੁੜ ਮੰਡੀ ਹੈ ਜੀ ਗੁੜ ਅਸੀਂ ਲਿਆ ਇੱਥੋਂ 1 ਕਿਲੋ ਮੈਂ ਗੁੜ ਲਿਆ ਸੀ ਸ਼ੱਕਰ ਲਈ ਸੀ ਅਤੇ ਕੁਛ ਹੋਰ ਸੀ ਕੰਮ ਬਾਜ਼ਾਰ ਦੇ ਫਿਰ ਅਸੀਂ ਆ ਗਏ ਜਲੇਬੀਆਂ ਕੋਲ ਇੱਥੇ ਜਲੇਬੀ ਬਹੁਤ ਵਧੀਆ ਮਿਲਦੀ ਹੈ ਥੋੜ੍ਹਾ ਜਿਹਾ ਸਾਫ਼ ਹੈ ਇੱਥੇ ਦੁੱਧ ਦਹੀਂ ਸਭ ਕੁਛ ਮਿਲਦਾ ਅਤੇ ਚਲੋ ਜੀ ਠੀਕ ਆ ਆਪਾਂ ਜਲੇਬੀਆਂ ਲੈ ਘਰ ਆ ਗਏ ਅਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅਤੇ ਮਿਲਾਂਗੇ ਆਪਾਂ ਨੈਕਸਟ ਵਲੌਗ 'ਤੇ ਧੰਨਵਾਦ